ਪਰਿਵਾਰ ਦਾ ਹੀ ਗਰੀਬੀ ਘਰ ਦੀ ਨੂੰਹ ਤੇ ਮਾੜੀ ਅੱਖ ਰੱਖਦਾ ਸੀ। ਜਦ ਪਰਿਵਾਰ ਵਾਲਿਆਂ ਨੇ ਉਸਨੂੰ ਰੋਕਿਆ ਤਾਂ ਬੇਇੱਜ਼ਤ ਹੋਣ ਮਗਰੋਂ ਉਸਨੇ ਪਰਿਵਾਰ ਦੇ ਹੀ ਜੀ ਦਾ ਕਤਲ ਕਰ ਦਿੱਤਾ। ਖਬਰ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਜੀ ਪਰਿਵਾਰ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਤਾਲਮੇਲ 'ਚ ਸੀ ਅਤੇ ਅਕਸਰ ਘਰ ਆਉਂਦਾ ਜਾਂਦਾ ਸੀ, ਅਤੇ ਜਦ ਘਰ ਦੇ ਹੀ ਇੱਕ ਪੁੱਤਰ ਦਾ ਵਿਆਹ ਹੋਇਆ ਤਾਂ ਉਸ ਸ਼ਖਸ ਨੇ ਭਰਜਾਈ ਦੇ ਨਾਲ ਛੇੜਛਾੜ ਕੀਤੀ, ਜਿਸ ਤੋਂ ਬਾਅਦ ਉਸ ਮਹਿਲਾ ਨੇ ਪਰਿਵਾਰਕ ਜੀਆਂ ਨੂੰ ਦੱਸਿਆ ਅਤੇ ਰੋਕਣ ਤੋਂ ਬਾਅਦ, ਬੇਇੱਜ਼ਤ ਹੋਣ ਤੋਂ ਬਾਅਦ ਸ਼ਖਸ ਨੇ ਵੈਰ ਪਾ ਲਿਆ, ਜਿਸ ਤੋਂ ਬਾਅਦ ਉਸਨੂੰ ਇਹ ਬੇਇੱਜ਼ਤੀ ਜੋ ਹੈ ਨਹੀਂ ਪਚੀ ਅਤੇ ਉਸਨੇ ਵੈਰ ਵਜੋਂ ਘਰ ਦੇ ਹੀ ਜੀ ਦਾ ਕਤਲ ਕਰ ਦਿੱਤਾ। ਪੁਲਿਸ ਨੇ ਉਸ ਸ਼ਖਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਅਤੇ ਅੱਗੇ ਦੀ ਜੋ ਕਾਰਵਾਈ ਹੈ ਉਹ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਇਸ ਸ਼ਖਸ ਦਾ ਘਰ ਵਿੱਚ ਅਕਸਰ ਆਉਣਾ ਜਾਣਾ ਸੀ ਅਤੇ ਇਸ ਗਲਤੀ ਦੀ ਉਸ ਵੱਲੋਂ ਪਰਿਵਾਰਕ ਜੀਆਂ ਤੋਂ ਮਾਫ਼ੀ ਵੀ ਮੰਗੀ ਗਈ ਸੀ, ਪਰ ਕਿਤੇ ਨਾ ਕਿਤੇ ਉਸਦੇ ਜ਼ਿਹਨ ਵਿੱਚ ਸੀ ਕਿ ਮੈਂ ਕਿਸ ਤਰ੍ਹਾਂ ਬੇਇੱਜ਼ਤ ਹੋ ਗਿਆ। ਪਰ ਉਸੇ ਵੈਰ ਦੇ ਚੱਲਦਿਆਂ ਉਹ ਪਹਿਲਾਂ ਮ੍ਰਿਤਕ ਦੇ ਨਾਲ ਜਾ ਕੇ ਹੀ ਬਾਜ਼ਾਰ 'ਚੋਂ ਕੱਪੜੇ ਖਰੀਦਦਾ ਅਤੇ ਫਿਰ ਉਸਨੂੰ ਸਮਾਧ 'ਤੇ ਲੈ ਜਾਂਦਾ, ਜਿੱਥੇ ਜਾ ਕੇ ਦੋਵੇਂ ਮੱਥਾ ਟੇਕਦੇ ਨੇ ਅਤੇ ਫਿਰ ਉਸਨੂੰ ਕਹਿੰਦਾ ਚੱਲ ਗਰਾਊਂਡ 'ਚ ਚੱਲਦੇ ਹਾਂ, ਜਿੱਥੇ ਜਾ ਕੇ ਉਹ ਤੇਜ਼ਧਾਰ ਹਥਿਆਰ ਦੇ ਨਾਲ ਪਰਿਵਾਰ ਦੇ ਜੀ ਦਾ ਕਤਲ ਕਰ ਦਿੰਦਾ। ਹਾਲਾਂਕਿ ਪਹਿਲਾਂ ਘਰ ਵਿੱਚ ਅਕਸਰ ਇਸਦਾ ਆਉਣਾ ਜਾਣਾ ਸੀ, ਪਰ ਜਦ ਉਸਨੂੰ ਇਸ ਹਰਕਤ 'ਤੇ ਟੋਕਿਆ ਗਿਆ, ਰੋਕਿਆ ਗਿਆ, ਤਾਂ ਉਸਦੇ ਜ਼ਿਹਨ ਦੇ ਵਿੱਚ ਇੱਕ ਵੈਰ ਪੜਪਣਾ ਸ਼ੁਰੂ ਹੋ ਗਿਆ ਸੀ ਕਿ ਮੇਰੀ ਬੇਇੱਜ਼ਤੀ ਕਿਵੇਂ ਹੋ ਗਈ, ਜਿਸ ਦੇ ਚੱਲਦਿਆਂ ਉਸ ਸ਼ਖਸ ਨੇ ਘਰ ਦੇ ਹੀ ਜੀ ਦਾ ਕਤਲ ਕਰ ਦਿੱਤਾ। ਪੁਲਿਸ ਦੇ ਵੱਲੋਂ ਉਸ ਸ਼ਖਸ ਤੋਂ ਜੋ ਤੇਜ਼ਧਾਰ ਹਥਿਆਰ ਉਸਨੇ ਵਰਤਿਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਅਤੇ ਜੋ ਕੱਪੜੇ ਉਸਨੇ ਵਾਰਦਾਤ ਦੇ ਵੇਲੇ ਪਾਏ ਸੀ ਉਹ ਵੀ ਪੁਲਿਸ ਨੇ ਬਰਾਮਦ ਕਰ ਲਏ ਨੇ ਅਤੇ ਪੁਲਿਸ ਦੇ ਵੱਲੋਂ ਹੁਣ ਜੋ ਅੱਗੇ ਦੀ ਕਾਰਵਾਈ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ। 28/9/24 ਨੂੰ ਪਿੰਡ ਕੋਟਲਾ ਜਿਹੜਾ ਉੱਥੇ ਖੇਡ ਮੈਦਾਨ ਹੈ ਉੱਥੇ ਇੱਕ ਮਰਡਰ ਹੋ ਗਿਆ ਸੀਗਾ। 9 ਵਜੇ ਕਰੀਬ ਮਰਡਰ ਹੋਇਆ ਸੀ, ਸਾਨੂੰ 10 ਵਜੇ ਸਾਡੇ ASI ਸਾਹਿਬ ਨੂੰ ਤਲਾਹ ਮਿਲੀ ਸੀਗੀ। ਰਾਤ ਨੂੰ ਹੀ SHO ਗੋਬਿੰਦਗੜ੍ਹ ਇੰਸਪੈਕਟਰ ਅਰਸ਼ਦੀਪ ਅਤੇ ਮੈਂ ਮੌਕੇ 'ਤੇ ਪਹੁੰਚ ਗਏ ਸੀ, ਅਸੀਂ 10 ਵਜੇ ਸਮੇਤ ਸਾਡੀ ਟੀਮ ਉੱਥੇ ਜਾ ਕੇ ਦੇਖਿਆ ਹਾਲਾਤ ਸੀ। ਜੋ ਉਹਦੀ ਹਰਦੀਪ ਸਿੰਘ ਹੈ, 32 ਸਾਲ ਦੀ ਉਮਰ ਹੈ, ਨੌਜਵਾਨ ਦੀ ਸ਼ਾਦੀਸ਼ੁਦਾ, ਉਹਦੀ ਗਰਦਨ ਕੱਟੀ ਹੋਈ ਸੀ ਅਤੇ ਉੱਥੇ ਜਾ ਕੇ ਅਸੀਂ ਉਹਦੀ ਜਿਹੜੀ ਬਾਡੀ ਨੂੰ ਕਬਜ਼ਾ ਪੁਲਿਸ ਦੇ ਵਿੱਚ ਲਿਆ, ਜੋ ਸੈਂਪਲ ਸੀ ਚੁੱਕੇ ਉੱਥੇ ਸਾਡੇ ਜਿਹੜੇ ਮਾਹਰ ਦੀ ਟੀਮ ਵੀ ਮੌਕੇ 'ਤੇ ਬੁਲਾਈ ਸੀਗੀ ਅਤੇ ਉਹਦੇ ਸੰਬੰਧ ਵਿੱਚ ਸਾਡੀ ਮਾਣਯੋਗ SSP ਸਾਹਿਬ ਫਤਿਹਗੜ੍ਹ ਰਵਜੋਤ ਗਰੇਵਾਲ ਅਤੇ SPD ਸਾਹਿਬ ਦੇ ਹੁਕਮਾਂ 'ਤੇ ਸਾਡੀ CA ਦੀ ਟੀਮ ਅਤੇ ਥਾਣਾ ਮੰਡੀ ਗੋਬਿੰਦਗੜ੍ਹ ਦੀ ਟੀਮ ਵੱਖ ਵੱਖ ਟੀਮਾਂ ਲਾ ਕੇ ਅਸੀਂ ਇਹਦੀ ਵੱਖਰੇ ਵੱਖਰੇ ਐਂਗਲਾਂ ਤੋਂ ਉਹਦੀ ਤਫਤੀਸ਼ ਕੀਤੀ। ਜੋ ਸਾਹਮਣੇ ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਵੀ ਕਿ ਜਿਹੜਾ ਜਗਤ ਰਾਮ ਹੈਗਾ ਉਹ ਇਸ ਪਰਿਵਾਰ ਦੇ ਨਾਲ, ਜਿਹਦੇ ਮੁੰਡੇ ਦੀ ਮੌਤ ਹੋਈ ਹੈ, 10-12 ਸਾਲਾਂ ਤੋਂ ਬੜੇ ਗੂੜੇ ਸੰਬੰਧ ਸੀ, ਨੇੜਲੇ ਸੰਬੰਧ ਸੀਗੇ, ਘਰ ਦੇ ਵਿੱਚ ਆਉਣਾ ਜਾਣਾ ਸੀਗਾ ਅਤੇ ਇਹਨਾਂ ਦਾ ਆਪਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ, ਜਿੱਦਾਂ ਇਹ ਹਰਦੀਪ ਦਾ ਭਰਾ ਹੈਗਾ ਨੋਨੀ, ਉਹਦੀ ਮੈਰਿਜ ਹੋਈ ਸੀਗੀ ਅਤੇ ਉਹ ਮੈਰਿਜ ਦੇ ਵਿੱਚ ਜਿਹੜੀ ਲੜਕੀ ਵਿਆਹੀ ਹੋਈ ਸੀਗੀ ਤਾਂ ਉਹਨੂੰ ਇਹਨੇ ਬੈਡ ਟੱਚ ਕੀਤਾ ਸੀਗਾ, ਜਿਹੜਾ ਦੋਸ਼ੀ ਹੈ ਜਗਤ ਰਾਮ, ਬੈਡ ਟੱਚ ਕਰਕੇ ਉਹ ਕੁੜੀ ਨੇ ਆਪਣੇ ਪਰਿਵਾਰ ਨੂੰ ਦੱਸਿਆ ਤਾਂ ਪਰਿਵਾਰ ਨੇ ਇਸ ਜਗਤ ਰਾਮ ਨੂੰ ਘੂਰਿਆ, ਇਹਨੇ ਮਾਫ਼ੀ ਮੰਗੀ, ਇਹਨੇ ਆਪਣੀ ਪੱਗ ਲਾ ਕੇ ਉਸ ਪਰਿਵਾਰ ਦੇ ਪੈਰਾਂ ਧਰੀ ਤਾਂ ਇਹ ਗੱਲ ਤੋਂ ਲੈ ਕੇ ਇਹ ਹਰਟ ਹੋ ਗਿਆ ਸੀ, ਦੁਖੀ ਹੋ ਗਿਆ ਸੀ ਵੀ ਜਿਸ ਘਰ ਦੇ ਵਿੱਚ ਮੇਰੀ ਇੰਨੀ ਜ਼ਿਆਦਾ ਮੁਖਤਿਆਰੀ ਸੀ, ਮੇਰੀ ਚੱਲਦੀ ਸੀ, ਉਸ ਘਰ ਦੇ ਵਿੱਚ ਮੇਰੀ ਇੰਸਲਟ ਹੋ ਗਈ ਹੈ, ਮੇਰੀ ਬੇਇੱਜ਼ਤੀ ਹੋ ਗਈ ਹੈ, ਤਾਂ ਇਹਨੇ ਉਸਦਾ ਬਦਲਾ ਲੈਣ ਲਈ ਰਾਤ ਨੂੰ ਉਹਦੀ ਜਿਹੜੀ ਹੈ ਗਰਦਨ ਛੁਰੀ ਨਾਲ, ਚਾਕੂ ਨਾਲ ਉੱਤੇ ਵਾਰ ਕਰਕੇ ਉਹਦੀ ਮੌਤ ਕਰ ਦਿੱਤੀ। ਇਹ ਉਸ ਤੋਂ ਪਹਿਲਾਂ ਉਹਦੇ ਨਾਲ ਇਕੱਠੇ ਹੋਏ ਨੇ ਕਿ ਇਕੱਠੇ ਇਹਨਾਂ ਨੇ ਇੱਕ ਦੁਕਾਨ ਦੇ ਵਿੱਚ ਗਿਆ, ਮੰਡੀ ਗੋਬਿੰਦਗੜ੍ਹੀ ਦੁਕਾਨ ਤੋਂ ਇਹਨਾਂ ਨੇ ਇਹਨੂੰ ਕੱਪੜੇ ਲਏ ਨੇ ਕਿ ਮਰਨ ਵਾਲੇ ਤੋਂ ਇਹਨੇ ਕੱਪੜੇ ਲਏ ਨੇ ਕਿ ਕਾਲੀ ਟੀ ਸ਼ਰਟ ਕਾਲਾ ਪਰਨਾ, ਉੱਥੇ ਹੀ ਇਹਨੇ ਬੰਨਿਆ ਹੈਗਾ, ਬੰਨ ਕੇ ਉਸ ਤੋਂ ਬਾਅਦ ਇਹਨੇ ਛੁਰੀ ਲਈ ਹੈਗੀ, ਨਾਰੀਅਲ ਲਿਆ ਹੈਗਾ,
ਜਾ ਕੇ ਉਸ ਪਿੰਡ ਜਿਹੜੀ ਸਮਾਧ ਬਣੀ ਹੈਗੀ, ਜਿਹੜਾ ਹਰਦੀਪ ਸਿੰਘ ਹੈ ਜਿਹਦੀ ਮੌਤ ਹੋਈ ਹੈ, ਉਹਦੇ ਵੱਡ ਵਡੇਰੇ ਸਮਾਧ ਬਣੀ ਆ, ਉੱਥੇ ਮੱਥਾ ਟੇਕਿਆ। ਮੱਥਾ ਟੇਕਣ ਤੋਂ ਬਾਅਦ ਫਿਰ ਇਹਨੂੰ ਗਰਾਊਂਡ 'ਚ ਲੈ ਗਿਆ। ਗਰਾਊਂਡ 'ਚ ਜਾ ਕੇ ਇਹਨੇ ਕਿਹਾ ਵੀ ਦੂਰੋਂ ਬੈਠ ਕੇ ਹੁਣ ਸਮਾਧ ਨੂੰ ਮੱਥਾ ਟੇਕ। ਜਦੋਂ ਉਹਨੇ ਅੱਖਾਂ ਬੰਦ ਕਰਕੇ ਮੱਥਾ ਟੇਕਿਆ ਤਾਂ ਇਹਨੇ ਉਹਦੀ ਗਰਦਨ 'ਤੇ ਵਾਰ ਕਰਕੇ ਉਹਦੀ ਮੌਤ ਕਰ ਦਿੱਤੀ ਹੈ। ਅਤੇ ਉਹਨੂੰ ਅਸੀਂ ਕੱਲ੍ਹ ਟਰੇਸ ਕਰਕੇ ਇਹਨੂੰ ਫੜ ਲਿਆ ਸੀ, ਦੋਸ਼ੀ ਨੂੰ ਫੜ ਲਿਆ ਸੀਗਾ। ਫੜ ਕੇ ਉਹਦਾ ਮਾਣਯੋਗ ਅਦਾਲਤ 'ਚ ਪੇਸ਼ ਕੀਤਾ, ਉਹਦਾ ਰਿਮਾਂਡ ਲਿਆ। ਅਤੇ ਜਿਹੜਾ ਇਹਨੇ ਉਹਦੇ ਵਿੱਚ ਹਥਿਆਰ ਵਰਤਿਆ ਸੀਗਾ ਉਹ ਵੀ ਰਿਕਵਰ ਕਰ ਲਿਆ। ਜਿਹੜੇ ਇਹਨੇ ਉਸ ਵੇਲੇ ਕੱਪੜੇ ਪਾਏ ਹੋਏ ਸੀਗੇ ਮਰਡਰ ਕਰਨ ਵੇਲੇ, ਉਹ ਵੀ ਅਸੀਂ ਰਿਕਵਰ ਕਰ ਲਏ ਨੇਗੇ। ਅਤੇ ਹੋਰ ਕੁਛ ਇਹ ਤੋਂ ਰਿਕਵਰੀਆਂ ਰਹਿੰਦੀਆਂ, ਹੁਣ ਇਹਦਾ ਰਿਮਾਂਡ ਲੈ ਗਿਆ ਹੈਗਾ। ਬਾਕੀ ਦੀ ਜਿਹੜੀ ਤਫਤੀਸ਼ ਜਾਰੀ ਹੈਗੀ, ਅੱਗੇ ਹੋਰ ਤਫਤੀਸ਼ ਦੇ ਵਿੱਚ ਕੀ ਆਉਂਦਾ ਉਹ ਅੱਗੇ ਜਾ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ। ਨਹੀਂ, ਇਹ ਇੱਕ ਬੇਸਿਕਲੀ ਇਹਦਾ ਕੋਈ ਜਿਹੜਾ ਪਿਛੋਕੜ ਦਾ ਕੋਈ ਕ੍ਰਾਈਮ ਨਹੀਂ ਹੈਗਾ। ਇਹਦੇ ਜਿਹੜੇ ਮਾਂ ਪੇਰੈਂਟਸ ਨੇ ਹੈਗੇ ਉਹ ਅਦਰ ਸਟੇਟ ਤੋਂ ਇੱਥੇ ਸ਼ਿਫਟ ਹੋਏ ਨੇ। ਇਹਦਾ ਜਿਹੜਾ ਦੋਸ਼ੀ ਹੈ ਇਹਦਾ ਜਨਮ ਇੱਥੋਂ ਦਾ ਹੀ ਹੈ, ਇਹ ਸਰਦਾਰ ਹੈ, ਪੱਗ ਬੰਨਦਾ ਹੈਗਾ, ਅਤੇ ਪੂਜਾ ਪਾਠ ਵੱਲ ਵੀ ਇਹਦਾ ਕਾਫੀ ਧਿਆਨ ਹੈ। ਵਿੱਚ ਇਹਨੇ ਨਾ, ਤੁਹਾਨੂੰ ਅਸੀਂ ਵਿੱਚ ਕੈਡ ਗੱਲ ਕਰਦੇ ਹਾਂ, ਇਹਨੇ ਨਾ ਮਰਡਰ ਕਰਨ ਤੋਂ ਥੋੜ੍ਹੇ ਦਿਨ ਪਹਿਲਾਂ ਇਹ ਫੋਨ ਦੇ ਵਿੱਚ ਯੂਟਿਊਬ 'ਤੇ ਸਰਚ ਕਰਦਾ ਕਿ ਅਗਰ ਕਿਸੇ ਦੀ ਕਿਹੜੀ ਨਸ ਵੱਢੀ ਜਾਵੇ ਧੋਣ ਦੀ ਤਾਂ ਉਹਦੀ ਮੌਤ ਹੋ ਸਕਦੀ ਹੈਗੀ, ਜਾਂ ਇਹਨੂੰ ਧਤੂਰੇ ਦੇ ਜ਼ਿਆਦਾ ਬੀ ਦਿੱਤੇ ਜਾਣ ਤਾਂ ਬੰਦੇ ਦੇ ਕੀ ਰਿਐਕਟ ਹੁੰਦਾ ਹੈ। ਮਤਲਬ ਇਹਨੇ ਇਸ ਤਰ੍ਹਾਂ ਦੀਆਂ ਕਾਫੀ ਯੂਟਿਊਬ ਸਰਚ ਕੀਤੀ ਹੋਈ ਹੈ। ਤੋ ਇਹ ਸਾਰੀਆਂ ਗੱਲਾਂ ਇਹਦੇ ਖਿਲਾਫ਼ ਸੀਗੀਆਂ। ਬਾਕੀ ਸਾਰੀ ਹੋਰ ਜਿਹੜੀ ਸਾਡੀ ਤਫਤੀਸ਼ ਹੈਗਾ ਪਾਰਟ ਆਫ, ਸਾਰੀਆਂ ਗੱਲਾਂ ਇਹਦੇ ਖਿਲਾਫ਼ ਗਈਆਂ ਨੇਗੀਆਂ। ਅਤੇ ਇਹਨੇ ਮਾਨਯੋਗ ਅਦਾਲਤ ਵਿੱਚ ਮੈਨੂੰ ਆਯੂ ਸਾਹਿਬ ਦੱਸਦੇ ਆ ਵੀ ਇਹਨੇ ਜੱਜ ਸਾਹਿਬ ਕੋਲ ਆਪ ਵੀ ਬੇਨਤੀ ਕਰਕੇ ਕੀਤੀ ਹੈ ਵੀ ਕਿ ਮੇਰੇ ਤੋਂ ਗਲਤੀ ਹੋ ਗਈ ਹੈ, ਵੀ ਇਹਦੀ ਮਾਫ਼ੀ ਮਿਲ ਸਕਦੀ ਹੈਗੀ। ਸੋ ਇਹ ਸਾਰੀਆਂ ਗੱਲਾਂ ਇਹਦੇ ਖਿਲਾਫ਼ ਨੇਗੀਆਂ। ਬਾਕੀ ਤਾਂ ਪਿਛੋਕੜ ਦਾ ਕੋਈ ਕ੍ਰਾਈਮ ਨਹੀਂ ਹੈਗਾ ਇਸ ਤਰ੍ਹਾਂ ਦਾ।